ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ। ਇਸ ਵੀਡੀਓ ਵਿੱਚ ਤੁਹਾਨੂੰ ਅਮਰੀਕਾ ਤੇ ਆਸਟ੍ਰੇਲੀਆ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਬਾਰੇ ਦੱਸਾਂਗੇ, ਕਿਹੜੀ ਟੀਮ ਜੇਤੂ ਰਹੀ ਤੇ ਕਿਹੜੇ ਪਲੇਅਰ ਬੈਸਟ ਰਹੇ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਸਟ੍ਰੇਲੀਆ ਦੇ ਪਰਥ ਕਬੱਡੀ ਕੱਪ ਤੇ ਪੰਜਾਬ ਸਪੋਰਟਸ ਕਲੱਬ ਸਿਡਨੀ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ ਪਰਥ ਕਬੱਡੀ ਕਲੱਬ ਦੀ ਟੀਮ ਦੂਜੇ ਨੰਬਰ ਤੇ ਰਹੀ। ਬੈਸਟ ਰੇਡਰ ਅਰਸ਼ ਵਰਨਾਲਾ ਤੇ ਬੈਸਟ ਜਾਫੀ ਫੁੱਲਾ ਸ਼ੁਸ਼ਕ ਵਾਲਾ ਰਿਹਾ। ਅਮੈਰੀਕਾ ਦੇ ਮੋਡੈਸਟੋ ਕਬੱਡੀ ਕੱਪ ਤੇ ਸੰਦੀਪ ਨੰਗਲ ਬੀਆ ਬੇਰੀਆ ਕੈਲੀਫੋਰਨੀਆ ਦੀ ਟੀਮ ਪਹਿਲੇ ਨੰਬਰ ਤੇ ਰਹੀ ਤੇ ਦੂਜੇ ਨੰਬਰ ਤੇ ਨਿਊਯਾਰਕ ਮੈਟਰੋ ਕਬੱਡੀ ਕਲੱਬ ਦੀ ਟੀਮ ਰਹੀ। ਬੈਸਟ ਰੇਡਰ ਬੰਟੀ ਟਿੱਬਾ ਤੇ ਬੈਸਟ ਜਾਫੀ ਸ਼ਿਲੂ ਬਹੁ ਅਕਬਰਪੁਰ ਰਿਹਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਕਬੱਡੀ ਦੀ ਹੋਰ ਅਪਡੇਟ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।